ਭਾਈ ਮੈਂ ਨਹੀਂ ਲਾਉਣੀ ਹੈਗੀ ਮੈਂ ਠੇਕਾ ਲਿਆ ਪਿਆ ਹੈਗਾ ਉਹਨੇ ਤੈਨੂੰ ਬਹੁਤ ਸਾਡੇ ਖੇਤਾਂ 'ਚ ਭੁੱਖ ਲੱਗਦੀ ਆ ਕੇ ਪ੍ਰਧਾਨ ਜੀ ਨੂੰ ਆਏ ਵੀ ਖਿਲਾਓ ਕੇ ਕੋਦਾ लो जी भाई जद्दा जगा ट्रैक्टर पर चल रहा है चढ़िया है जर दियो प्रधान जी क्या नेरिया लेंदे पे भाई मौसम नेरी झखड़ आए पे है ये हुण इहनूं तारदा बैठा तां नेरी हटनी है प्रधान और बंदा भी ठीक हो गया आ देख लो उधर लक्की वाला नाम लगाया नाम लगा के आना नौ प्रचार वर्कर लिया वा लगू पता फिर हाँ प्रधान जे तो ढकता इन्हें नेंज नहीं फड़नी हाँ जी हमने नीमा जगह ऊंचा जगह जगे ने मेरे हिसाब ना आह बस छड़ इधर तो पैंती आ साइड गल तेरा मूँह पर करिए ना भाई आ साइड खराब चार नेरी भी आई ਪ੍ਰਧਾਨ ਇਹਨੇ ਨੋਟ ਕਿੱਥੇ ਨੂੰ ਲੈ ਕੇ ਜਾਣੇ ਕੱਢ ਕੇ ਕਾਤੇ ਆ ਜੜਾਂ ਹੀ ਕੱਢੀ ਜਾਂਦੇ ਆ ਤੁਸੀਂ ਜੜਾਂ ਫਿਰ ਆਏ ਆ ਹੁਣ ਜੱਗੇ ਰਣੋਂ ਲੇਜ਼ਰ ਮਾਰਨਾ ਅੱਛਾ ਟਰਾਲੀ ਲਿਆਉਣੀ ਘਰ ਤੇ ਮੈਂ ਗੋਪੀ ਨੇ ਹੁਣ ਮਖਾ ਠੰਡੇ ਹੋਏ ਆਉਂਗੇ ਕਿੰਨੀ ਵਾਰ ਜੜਾਂ ਲੈ ਕੇ ਘਰ ਨੂੰ ਜੜਾਂ ਬਾਰੀ ਲੈ ਗਿਆ ਤਿੰਨ ਜਿਹੜੀਆਂ ਮੈਂ ਲੈ ਗਿਆ ਤਿੰਨੇ ਗੋਪੀ ਲੈ ਗਿਆ ਸਮਝ ਲੈ ਆ ਗੋਪੀ ਦੀ ਤੀ ਰੇੜੀ ਤਿਆਰ ਹੁੰਦੀ ਆ ਹੁਣ ਮਖਾ ਇੰਨੀਆਂ ਘਰਾਂ ਕਿਆ ਕਹਿੰਦੇ ਗੋਪੀ ਚ ਕਰ ਦਿੰਦੇ ਠੀਕ ਨੇ ਹਰੇਕ ਵਾਰ ਇਹ ਲੋ ਡਿਊਟੀ ਨਿਕਲਦੀਆਂ ਜੀ ਹਾਂ ਹਾਂ ਬਸ ਮਾੜੀ ਮੋਟੀ ਹੁਣ ਵਿੱਚ ਆਹੋ ਕਿਤੇ ਕਿਤੇ ਦਿਖਦੀਆਂ ਪਈਆਂ ਆਹੋ ਲੇਜ਼ਰ ਮਾਰੇ ਆਪਣੇ ਪੱਧਰ ਹੋ ਜੂਗਾ ਠੀਕ ਨਹੀਂ ਗੱਲ ਲੇਜ਼ਰ ਵੀ ਆਪਾਂ ਨੇ ਉੱਪਰੇ ਰੱਖ ਕੇ ਮਰਾਉਣਾ ਹੈ ਜੀ ਹਾਂ ਉੱਪਰੇ ਉੱਪਰੇ ਮੜਾ ਜੇ ਰੱਖ ਕੇ ਮਰਾਉਣਾ ਚਲ ਠੀਕ ਆ ਉਹ ਵੀ ਗੱਲ ਤੁਹਾਡੀ ਉੱਪਰ ਰੱਖ ਕੇ ਹਾਂ ਕਿਤੇ ਕਿਤੇ ਜਿਹੜਾ ਹੈਗੇ ਮੈਂ ਨਿਸ਼ਾਨੀ ਲਾਏ ਨੇ ਮਿੱਟੀ ਸਵਾਗੇ ਕੇ ਲਾਤੀ ਮਿੱਟੀ ਸਵਾਗੇ ਕੇ ਲਾਤੀ ਆਹਾਂ ਜੀ ਵਧੀਆ ਬਣਾਤਾ ਹਾਂ ਫੇਰ ਬਣਾਤੇ ਨੇ ਵਧੀਆ ਹੂੰ ਹੂੰ ਝਟਪਟ ਵੀ ਕਰਤੀ ਬਾਈ ਦੇਖੋ ਖੇਤ ਵੀ ਵਧੀਆ ਬਣਾਤਾ ਇਹਦਾ ਕਿਹੜੇ ਹਿਸਾਬ ਨਾਲ ਲੱਕੜੀ ਪਈ ਹੈ ਵਿੱਚ ਜੀ ਛੋਟੀ ਪ੍ਰਧਾਨ ਜੀ ਇਹਦਾ ਬਹੁਤ ਰਹਿਣੀ ਹੈ ਮਨੇ ਹਾਂ ਜੀ ਇਹਦਾ ਪਾਣੀ ਲਾ ਕੇ ਮੈਂ ਖੇਤ ਸੁਕਾਉਣਾ 4-5 ਦਿਨ ਅੱਛਾ ਜੀ ਇਹ ਆ ਕੱਦੂ ਆ ਵੀ ਖੜੂ ਗਿਆ ਏ ਉੱਪਰ ਨੂੰ ਨਹੀਂ ਕੱਦੂ ਹੀ ਨਹੀਂ ਖੜਦੀ ਹੈਗੀ ਸਵਾਗਾ ਮਾਰ ਦੇਣੇ ਇਹਨਾਂ ਨੂੰ ਮੈਂ ਅੱਛਾ ਜੀ ਹਾਂ ਵਿੱਚ ਕਿਹੜਾ ਸਵਾਗਾ ਵੱਜਣਾ ਉਹ ਡੰਡੇ ਜੇ ਮਗਰ ਪਾ ਕੇ ਨਹੀਂ ਹਾਂ ਜੀ ਬਾਹਰੇ ਸਵਾਗਾ ਮਾਰ ਕੇ ਮੈਂ ਪਾਣੀ ਛੱਡ ਕੇ ਧੰਨਵਾਦ ਦੇਣੇ ਬਸ ਬਈ ਐ ਨਹੀਂ ਕਰਨਾ ਜਿਹੜਾ ਗੰਦਲ ਜੀ ਕਰਨੀ ਹੈ खुंड है ना स्प्रिंग भी टुट जूंगा पर पट नहीं हुंदा गा संगली पा के कढ़ना पैना है हैगे विच भाई तो बहुत करी भी पर जड़ दे कोल नू खह के लंघ जांदा भाई ओ अच्छा जी साढ़े असी पता क्या करते थे ਅਸੀਂ ਬੂਟੇ ਪਟਾਉਣੇ ਯਾਰ ਪਹਿਲਾਂ ਹੀ ਟੋਏ ਦੇ ਵਿੱਚ ਦੇ ਜਿਹੜਾ ਕੱਢ ਲੈਂਦੇ ਸੀ ਕੋਹੜੀਆਂ ਉਹਦੇ ਕੋਲ ਕਹੀਆਂ ਗੱਲ ਆਪਨੇ ਕੱਢੇ ਆ ਸਾਰੇ ਸਾਈਡਾਂ ਤੇ ਬਹੁਤ ਤੇ ਅਸੀਂ ਵਿੱਚ ਤੇ ਕਾਹੇ ਉਹਦੇ ਕੋ ਕੱਢ ਕੇ ਨਾ ਕੋਹੜੇ ਕਹੀਆਂ ਗੱਲ ਪਹਿਲਾਂ ਹੀ ਕੱਢ ਲੈਂਦੇ ਤੇ ਫਿਰ ਬਾਅਦਵਾਂ ਘੱਟ ਨਿਕਲਦੀਆਂ ਇੱਕ ਤੁਸੀਂ ਉਹ ਖੇਤ ਸਾਰਾ ਬਾਤਾ ਹੁਣ ਜੜਾ ਪਤਾ ਨਹੀਂ ਲੱਗਦੀਆਂ ਕਿਹੜਾ ਕਿੱਥੇ ਦੀ ਲੈਣ ਨਹੀਂ ਆਪਨੇ ਪਤਾ ਹਾਈ ਹਾਂ ਪਹਿਲਾਂ ਮਿੱਤੇ 2-3 ਦਿਨ ਮੈਂ ਬਾਇਆ ਉਦੋਂ ਨਹੀਂ ਪਤਾ ਲੱਗਿਆ ਹੁਣ ਆ ਦੇਖੇ ਜੜਾ ਖੜੀਆਂ ਇੱਕ ਲੈਣ ਉਹ ਆ ਜਿੱਥੇ ਲਾਏ ਵੇ ਕਾਹੇ ਕਾਹੇ ਅਜੇ ਜਿੱਥੇ ਖੜੀਆਂ ਜੜਾ ਉੱਥੇ ਲੈਣਾ सारे खेत में फैल गए जी बावन करके हाँ लगता था भी मैं दूसरी कलमाई लाई और क्या भाई देखो जिधर निगाह मारो वो भी खुंडा जा रहा सारा कुछ आए भरे है पिया है ये नहीं पट्टू नहीं प्रधान जी कितने तो जो माड़ी जी भी जाड़ आ जाए ना फिर पट्टे नहीं होंगी हाथ गिल और क्या
ਬਸ ਹੁਣ ਘਰ ਨੂੰ ਜਾਣਾ ਕੁਹਾੜੀ ਘਰ ਤੇ ਜਾ ਕੇ ਗੋਪੀ ਲੱਦ ਕੇ ਲਿਆਉਂਗਾ ਫਿਰ ਜਾਂ ਅੱਗੇ ਨੇ ਆਉਣਾ ਨਾਲ ਦੀ ਨਾਲ ਜਿਹੜੀ ਦੇਖੀ ਗਈ ਚੱਕ ਕੇ ਟਰਾਲੀ ਦੇ ਪਿੱਛੇ ਇਹ ਤਾਂ ਹੁਣੀ ਗਲਤੀ ਕਰੀ ਟਰੈਕਟਰ ਟਰਾਲੀ ਪਹਿਲਾਂ ਹੀ ਲਿਆਉਣੀ ਸੀ ਟਾਈਮ ਦੇ ਟਾਈਮ ਦੇ ਜੱਗਾ ਦੁਪਹਿਰ ਤੇ ਆਉਂਗਾ ਮੇਰੇ ਹਿਸਾਬ ਨਾਲ ਜੱਗਾ ਜੱਗੇ ਤੇ ਤਾਂ ਟਾਈਮ ਲੱਗਣਾ ਉੱਥੇ ਵੀ ਨਾ ਬੂਟੇ ਪੱਟ ਹੋਏ ਬਿਤੇ ਜੀ ਉਹ ਵੀ ਛੱਡ ਕੇ ਆਉਂਗਾ ਉੱਥੇ ਵਾਓ ਤੇਰੇ ਕੋ ਵੀ ਨਹੀਂ ਫੜ ਲਾ ਛੱਡ ਦੇ ਤੂੰ ਛੱਡ ਦੇ ਓਏ ਤੇਰੇ ਟੂ ਹੀ ਜਨਾ ਲੱਗਣਾ ਆ ਫੜਾ ਦੋ ਇੱਕ ਲੜ ਗੋਪੀ ਆ ਗਈ ਛੱਡ ਦੇ ਨਹੀਂ ਤੂੰ ਛੱਡ ਦੇ ਪਰ ਵਜਨ ਨਹੀਂ ਹੈਗਾ ਸੁੱਕ ਗਿਆ ਜਮੇ ਹਿੰਮਤ ਬਾ ਜੇ ਗੋਪੀ ਚੁੱਲ੍ਹੇ ਜਲਾ ਦੇ ਸਹੀ ਗੱਲ ਹੈ ਜੀ ਗੋਪੀ ਜੀ ਹਿੰਮਤ ਬਾ ਗੋਪੀ ਜੀ ਦਾ ਹਿੰਮਤ ਹੈਗੀ ਆ ਬਾਈ ਮੈਂ ਵੀ ਵਰਖ ਲਿਆ ਜੇ ਉਹ ਕਹੇ ਤਾਂ ਕਰ ਦੇਣਾ ਪੱਕਾ ਲਾਰਾ ਨਹੀਂ ਹੈਗਾ ਲੇਕਿਨ ਕਈ ਬੰਦੇ ਨੂੰ ਕਹਿ ਦੇਵੇ ਲਾਰੇ ਜੇ ਮੈਂ ਰੱਖ ਲੈਂਦੇ ਫਿਰ ਬੰਦਾ ਵੀ ਕਾਂਡ ਤੇ ਜਾਂਦਾ ਇਹਨੇ ਕਰ ਦੇਣਾ ਪੱਕਾ ਹਿੰਮਤ ਵਾਲਾ ਬੰਦੇ ਜੇ ਫਿਰ ਤੁਹਾਨੂੰ ਪਤਾ ਹੀ ਆ ਹੁਣ ਆਹ ਤਿੰਨ ਢੇਰੀਆਂ ਲੱਦ ਲੈ ਜਾਣੀਆਂ ਇਹਨੂੰ ਤਿੰਨ ਢੇਰੀਆਂ ਚੱਕ ਕੇ ਬਾਹਰ ਰੱਖ ਦੇਣੀਆਂ ਚੱਲ ਜੇ ਤੁਸੀਂ ਟਰੈਕਟਰ ਵੀ ਲਿਆਉਂਦੇ ਉੱਪਰ ਵੀ ਲੱਦ ਹੋਣੀ ਦੀ ਫਿਰ ਇੱਕਣਾ ਢੋਟਵਾਈ ਨਹੀਂ ਕਰਨੀ ਪੈਣੀ ਗਲਤੀ ਕਰੀ ਮੈਂ ਹਨਾ ਮੈਨੂੰ ਐ ਤਾਂ ਵੀ ਅੱਗੇ ਨਹੀਂ ਆ ਜਾਣਾ ਸਾਜਰੇ ਅੱਗਾ ਗਿਆ ਵਾ ਭੌਲ ਮਾਰਨ ਹਾਂ ਮੈਂ ਤਾਂ ਆ ਕੇ ਇਕੱਠੀਆਂ ਕਰਤੀਆਂ ਇਹ ਕਿਹੜਾ 3 ਕਿੱਲੇ ਆ ਭੌਲ ਮੈਂ ਚੱਲ 3 ਫਿਰ ਵੀ 5 ਘੰਟੇ ਲਾਏ ਦਾ ਜਿਹੜੇ ਹਿਸਾਬ ਨਾਲ ਰਾਤ ਚੜ ਕੇ ਆਇਆ ਤਾਂ ਜੇ ਕਿਤੇ ਪੈ ਜਾਂਦਾ ਬਸ 5-4 ਦਿਨ ਹੋਣਾ ਹੀ ਤਾਂ ਹੈਗਾ ਫਿਰ ਤੈਨੂੰ ਕਰਾਉਣਾ ਵੀ ਨਹੀਂ ਤਾਂ ਕਿਸੇ ਨੇ ਹਾਂ ਬਸ ਟਾਈਮ ਜਿਹਾ ਹੀ ਹੈ ਕਮਲੇ ਫਿਰ ਅਗਰੇ ਕਹਣਾ ਵੀ ਧਾਨ ਲਾ ਦੋ ਪਰੇ ਦੇਖ ਲੂੰਗੇ ਗਾੜੀ ਬਾਰੀ ਦੇਖ ਲੂੰਗੇ ਠੀਕ ਨਹੀਂ ਪਰ ਹਾਂ ਜੀ ਬਾਂਟੀ ਲੇਬਰ ਦਵਾਤੀ ਬਾਂਟੀ ਮੈਨੂੰ ਕਹਿੰਦੇ ਤਾਂ ਲੇਬਰ ਨਾ ਕਰੀ ਮੇਰੇ ਕੋਲ ਲੇਬਰ ਹੈਗੀ ਆ ਡਰ ਲੱਗਦਾ ਮਾਟੀ ਡਰ ਲੱਗਦਾ 2 ਸਾਲ ਹੋ ਗਏ ਕਣਕ ਵਾਲੀ ਵੀ ਨਹੀਂ ਆਈ ਡਰ ਲੱਗਦਾ ਬਾਈ ਬਾਂਟੀ ਦੇ ਲੈ ਬੋੜੂ ਨੇ ਪੂਰੀ ਮਾਰਨੀ ਬਹੁਤ ਪੂਰੀ ਵਾਲੀ ਹੈ ਹਾਂ ਉਹਨੇ ਕਿਤੇ ਲੋੜ ਨਹੀਂ ਜਾਣੇ ਦੀ ਬੰਦੇ ਆਪਣੇ ਕੋਲ ਹੈਗੇ ਆ ਆ ਜਾਣਾ ਬਾਅਦ ਚੜ੍ਹਨਾ ਉਹਨਾਂ ਨੇ ਜੇ ਕਿਤੇ ਮੌਕੇ ਪਰ ਨਾ ਮਿਲੇ ਬਾਈ ਫਿਰ ਔਖਾ ਹੋ ਜਾਂਦਾ ਹਾਂ ਹੁਣ ਗੱਲਬਾਤ ਸਾਰੀ ਤਕਰੀਬਨ ਹੋਈ ਵੀ ਉਹ ਆ ਮੈਂ ਹੁਣ ਛੱਡਣਾ ਹੀ ਆ ਪਾਣੀ ਹੈ ਹਾਂ ਜਿਹੜਾ ਰੇਟ ਚੱਲੂਗਾ ਦੇ ਦੇਣਾ ਪਾਣੀ ਛੱਡ ਦੇਣਾ ਆਪਾਂ ਨੇ ਬਸ 2-4 ਦਿਨ ਤੱਕ ਪਾਣੀ ਛੱਡ ਦੇਣਾ ਹੁਣ ਤਾਂ ਸਰਕਾਰ ਨੇ ਵੀ ਕਹਿ ਰਹਿਣਾ ਲਾ ਲਓ 20 ਤਰੀਕ ਆਏ ਜੀ ਹਾਂ ਸਰਕਾਰ ਪਤਾ ਨਹੀਂ ਮੈਂ ਕੱਲ ਇੰਸਟਾਗ੍ਰਾਮ ਜੀ ਪਰ ਪਤਾ ਨਹੀਂ ਕਾਹ ਪਰ ਦੇਖਿਆ ਬੌਂਦੇ ਦੇਖੇ ਅੰਜੀਰੀ ਬੰਦੇ ਲਾਤੀ ਹੋਣੀ ਪਹਿਲਾਂ ਟਾਈਮ ਤੇ ਅੱਛਾ ਜੀ ਪੁਰਾਣੀਆਂ ਜੀ ਉਹ ਹੈ 6 ਸਾਲ ਦੀਆਂ ਨੇ ਪਿਛਲੀਆਂ ਹਾਂ ਹਾਂ ਆਹੋ ਇਹ ਤਾਂ ਪਿਛਲੀਆਂ ਪਾਈ ਜਾਂਦੇ ਹੁਣ ਅੱਜ ਹੁੰਦਾ ਇਹ ਵੀ ਕਿਹੜੇ ਕੇ 4 ਦਿਨ ਦੇ ਜੇ ਕੱਲ ਮੀਂਹ ਪੈਂਦਾ ਲੋਕਾਂ ਨੇ ਮੀਂਹ ਦਾ ਪਾਣੀ ਸਾਂਭ ਲੈਣਾ ਤਾਂ ਜੀ ਉਹ ਚ ਆਪਾਂ ਨੂੰ ਫਾਇਦਾ ਹੈ ਹੋਰ ਕੀ ਮੋਟਰ ਵਾਲੇ ਪਾਣੀ ਲਾਣ ਗਏ ਤੇ ਜੇ ਮੀਂਹ ਦਾ ਹੀ ਪਾਣੀ ਸਾਂਭ ਲੈਂਦੇ ਤਾਂ ਕੱਦੂ ਉਹਨੇ ਇੱਕ ਵਾਰੀ ਖੇਤ ਗਿੱਲੇ ਜੇ ਹੋ ਜਾਣਾ ਫਿਰ ਪਾਣੀ ਵੀ ਤੁਰ ਪੈਂਦਾ ਅੱਗ ਪਈ ਵੀ ਆ ਬਾਈ ਹੁਣ ਪੂਰੀ ਪੂਰੀ ਅੱਗ ਹੈ ਨਾ ਇਹਦਾ ਮੜਾ ਆ ਸਵੇਰੇ ਕਿਣੀਆਂ ਪੈ ਗਈਆਂ 4 ਕ ਉਹਦੇ ਕਰਕੇ ਫਰਕ ਚੱਲ ਮੇਰੇ ਗੋਪੀ ਬਾਈ ਆ ਇਹਦਾ ਡਰ ਹੈ ਕਰਾਂ ਨੂੰ ਇਹ ਤੱਕ ਤਕੜੀ ਹੈ ਹਾਂ ਇਹ ਵਿੰਗਾ ਕਰ ਦਿੰਦਾ ਇਹ ਜੜਦਾ ਪ੍ਰਧਾਨ ਕਹਿੰਦਾ ਬਈ ਖੁੰਡ ਨੂੰ ਡਰ ਆ ਵੀ ਬੜੀ ਹੈ ਇਹ ਵਿੰਗਾ ਕਰ ਸਕਦਾ ਬਲੇਟ ਟੁੱਟ ਗਿਆ ਖਤਮ ਹੈ ਕੰਮ ਪੱਲੀ ਜਵਾਬ ਦੇਗੀ ਬਾਈ ਵਜਨ ਪਾ ਲਿਆ ਜ਼ਿਆਦਾ ਪ੍ਰਧਾਨ ਨੇ ਉਹਨੇ ਵਜਨ ਜ਼ਿਆਦਾ ਬਈ ਕਤੂਪਾਂ ਕਰਕੇ ਪੜ ਗਈ ਪੱਲੀ ਹਾਂ ਨਾ ਨਾ ਬੋਦੀ ਦੀ ਪਹਿਲਾਂ ਵੀ ਦੇਖ ਪੱਲੀ ਕੈੜ ਕੈੜ ਕਰਦੀ ਹੈ ਉਹ ਪੜ ਗਈ ਇੱਕ ਸਾਈਡ ਜੀ ਵੱਖੀ ਪਾੜਤੀ ਕਲਾਕ ਵਰ ਤੇਰੀ ਤੁਸੀਂ ਉਹ ਦੇਖੋ ਲਓ ਜੀ ਕਹਿੰਦੇ ਪ੍ਰਧਾਨ ਜੀ ਨੇਰੀ ਆ ਗਈ ਨੇਰੀ ਤਾਂ ਆਈ ਆ ਜੱਗਾ ਨਹੀਂ ਆਇਆ ਕਹਿੰਦੇ ਮੀਂਹ ਰੁਕ ਮੈਂ ਆਉਂਦਾ ਹੁਣ ਕੀ ਕਹਿੰਦਾ ਪ੍ਰਧਾਨ ਜੀ ਕਹਿੰਦੇ ਮੀਂਹ ਰੁਕ ਦੇ ਮੈਂ ਆਉਂਦਾ ਲੈ ਦੱਸ ਮੀਂਹ ਮੂਰੇ ਬੱਚ ਪ੍ਰਾਣੀ ਟਰਾਲੀ ਫੇਰ ਫੁੱਲ ਹੋ ਗਈ ਟਰਾਲੀ ਫੇਰ ਫੁੱਲ ਹੋ ਗਈ ਅਸਲ 'ਚ ਵਿੰਗਿਆ ਟੇੜੀ ਆ ਨਾ ਇਹ ਕਿਉਂ ਗੋਪੀ ਗੋਪੀ ਬਾਈ ਨਾਟ ਗਿਆ ਰਾਏ ਢੀਲਾ ਹੋ ਗਿਆ ਬਾਕੀ ਉਧਰ ਪੂਰੀ ਨੇ ਆਪਣੇ ਮਾਮੂ ਜੇ ਕੱਢੇ ਮੈਂ ਤਾਂ ਕਹਿਦਾ ਚੱਕ ਲੈ ਜਾ ਮੈਂ ਕਰਦੇ ਪੂਰੀ ਨੇ ਹਲੇ ਫੋਨ ਕਰ ਮੀਂਹ ਦੱਸਿਆ ਵਿੱਚ ਕਰ ਦਿੰਦੇ ਕਰ ਦਿੰਦੇ ਆ ਮੜਾ ਆ ਘਰ ਉਹਦੇ ਜਨਮ ਦਿਨ ਹੈ ਕੇਕੂ ਕੱਟਿਆ ਤੇ ਫੇਰ ਕਰ ਦਿੰਦੇ ਐ ਤਾਂ ਭੋਰੀ ਹਲੇ ਹਾਂ ਗੋਪੀ ਤੂੰ ਟਰੈਕਟਰ ਲੈ ਜਾ ਪ੍ਰਧਾਨ ਨਾਲ ਆਹ ਤਾਂ ਬੰਦਾ ਚਲਾਉਣਾ ਦੀ ਉਹਦਾ ਪ੍ਰਧਾਨ ਦੱਸਦਾ ਓ ਗੇਰ ਪਾ ਕੇ ਦੇ ਦਿੰਦੇ ਆ ਪ੍ਰਾਣੀਆਂ ਜੜਾ ਫੇਰ ਦਿਖੀ ਜਾਂਦੀਆਂ ਆਹ ਵਿੱਚ ਹਾਂਜੀ ਰਹਿਣੀ ਹੋ ਆਪਣੇ ਬਾਈ ਅੱਜ ਤਾਂ ਮੌਸਮ ਕਰਕੇ ਜਾਊਂਗਾ ਕੁਛ ਜਿਹੜੇ ਹਿਸਾਬ ਨਾਲ ਆਇਆ ਪਿਆ ਏ ਪੁੱਛੋ ਨਾ ਤੁਸੀਂ ਬਿਜਲੀ ਬਹੁਤ ਘੋਲਦੀ ਆ ਪ੍ਰਧਾਨ ਜੀ ਅੱਜ ਹੋ ਗਿਆ ਜੇ ਮੀਂਹ ਪੈ ਗਿਆ ਮੁੜ ਕੇ ਹੋਣਾ ਹੀ ਨਹੀਂ ਹੈਗਾ ਨਹੀਂ ਹੋਣਾ ਹਾਂ ਨਹੀਂ ਹੋਣਾ ਇਹਦਾ ਵਿੱਚੇ ਕੱਦੂ ਚੱਲ ਇੱਕ ਘੇੜਾ ਹੀ ਮੈਂ ਇੱਕ ਵਾਰੇ ਘੁੰਮ ਜਵੇ ਉਹੀ ਬਹੁਤ ਆ ਇੱਕ ਵਾਰੀ ਘਮਾਉਣਾ ਹਾਂਜੀ ਇੱਕ ਵਾਰ ਤੇ ਬਣ ਜਾਣੀ ਗੱਲ ਹਾਂ ਇੱਕ ਵਾਰੀ ਘਮਾਉਣਾ ਬਸ ਮਾੜਾ ਜਿਹਾ ਇੱਕ ਲੈਵਲ ਜਿਹਾ ਲਾ ਜੂ ਮੈਨੇ ਕੋਈ ਜੜਨਾ ਨਿਕਲੇ ਵੀ ਮੁੱਟੀ ਨਹੀਂ ਬਾਈ ਸ਼ਾਮ ਦਾ ਟਾਈਮ ਹੋ ਗਿਆ ਫੁੱਲ ਹਵਾ ਚੱਲ ਪਈ ਜੱਤੇ ਜੱਗਾ ਟਰੈਕਟਰ ਪਰ ਚੜਿਆ ਨੇਰੀ ਹੋਈ ਜਾਂਦੀ ਪ੍ਰਧਾਨ ਜੀ ਮੈਂ ਤੁਹਾਨੂੰ ਕਿਹਾ ਵੀ ਦਿਨ ਚ ਆਇਆ ਜੜ ਦੇਖੀ ਜਾਂਦੀ ਹੁਣ ਰੇਡੂ ਲੱਗ ਗਏ ਦਿਨ ਛਿਪ ਗਏ ਗੁਰਦਾ ਨਹੀਂ ਪ੍ਰਧਾਨ ਜੀ ਜੜਤੇ ਟਰੈਕਟਰ ਪਰ ਚੜਿਆ ਨੇਰੀ ਕਾਤੇ ਆਉਣ ਲੱਗ ਗਈ ਜੱਗਾ ਨੇਰੀਆਂ ਲਿਆਉਂਦਾ ਬਈ ਦੇਖ ਲੈ ਮੁੰਡਾ ਚਲੋ ਬਾਕੀ ਆਉਂਦੇ ਦਿਖਾਉਂਦੇ ਤੁਹਾਨੂੰ ਓਕੇ ਆ ਵੀ ਤਾਂ ਸਹੀ ਹਾਂ ਆ ਗਿਆ
ट्राली वधिया भाई छोटी जी ट्रैक्टर वास्ते देखो क्या वधिया है ना रेर जो मर्जी लद ले जो वधिया पनीरी लद ले जो है प्रधान जी पनीरी लद ले जो रेह लद ले जो ट्राली वधिया है दली ना दियो जो रेता ले आओ जहाँ मिट्टी ले आओ सीमेंट ले आओ ठीक है छोटी जी नाले बाड़ी मैं कहना महिंद्रा वाली गड्डी वाली है तकड़ी बाड़ी प्रधान जी ताही काम सारी जाती है निकली जाती है भाई क्या करिए लो जी भाई जद्दा जगह ट्रैक्टर पर चल रहा है चढ़िया है जर दियो प्रधान जी क्या नेरिया लिया पे भाई मौसम नेरी झखड़ आए पे है ये हुण इहनू तारदा पैणा तां नेरी हटनी है भाई जदे ना चढ़ के देखो बदल बट्टा प्रधान के तरकंडी नहीं लाउणी एकड़ी मार दे जगे गल सुन लै प्रधान कहिंदा ना लाउणी तरकंडी ना लाउणी मशीन भी एकड़ी मार दे लाउणी नहीं हैगी भाई मैं नहीं लाउणी हैगी मैं ठेका लिया पे हैगा तैनूं बहुत साडे खेतां 'च भुख लगदी आ के प्रधान जी इहनूं आए भी खिलाओ के कोदा बर्गर लिया सा बंदे लगे पे खेता च बर्गर लिया सा गोपी यार हरामी है बंदा दिल है भुख लगी भुख लग गई दिल चल भी चल नेरी झखड़ा लिया महाराज करी कृपा मीह भी आ गया भाई चलते काम च प्रधान टेक दे मत्था मीह हट जूगा हां हां प्रधान जे तो ढकता इन्हें रेंज नहीं फड़नी हाँ जी ऊंचा चकाया जगे ने मेरे हिसाब ना आह बछड़ इधर पी साइड गल तेरा मूह परे करिए ना बटन जे जड़े चलते काम च भाई मीह आ गया तरकंडी बचाने वास्ते प्रधान कहना ट्रैक्टर ला के साइड पर थैला लेके खड़ जाना क्योंकि यही है भाई मेन जे खराब हो गई बस खत्म है कम ठीक है भाई ठीक है तरकंडी नीवी करके छतरी के थले कर लिए जे लोटे आ जाए नहीं तो आप लेकोए लेनी बर्गर मांगना रजे पे बोला इस प्रधान क्या बर्गर नहीं खाते खराब करते बर्गर पाल दा प्रधान माड़ा जीरो का कर बर्गर भी मिलूगा फिर तेन प्रधान आप भी माड़ा मीह तो पहला हो जाए नहीं एक बार रह गया फिर यह जाता है अपने फ्री के पिछे है ना मैं पाड़ पा के हूँ मैं पाड़ पा के टोला पा देनी है ठीक है सौका मार देना फिर
ਬਸ ਸੋਕਾ ਮਾਰ ਕੇ ਪਾਣੀ ਛੱਡ ਦੇਣਾ ਵਿੱਚ ਨਹੀਂ ਵੱਜਣਾ ਕੁਝ ਵੀ ਤੇ ਬਸ ਠੀਕ ਹੈ ਹਾਂ ਕਿਉਂ ਜੇ ਵਿੱਚ ਵੱਜ ਗਈ ਆ ਫਿਰ ਆਹ ਨਿਕਲ ਜਾਣੀ ਆ ਸਮਾਨ ਨਿਕਲ ਜਾਣਾ ਬਾਈ ਜਿਹੜਾ ਆਹ ਸਾਰੇ ਉੱਪਰ ਆਇਆ ਇਹ ਵੀ ਫਿਰ ਕਾਬੂ ਕਰਨਾ ਹੈ ਹਾਂ ਬਾਈ ਭਾਈ ਕਮੈਂਟ ਵਾਲਿਆਂ ਦਾ ਵੀ ਧੰਨਵਾਦ ਜਿਹੜੇ ਕਮੈਂਟ ਕਰਦੇ ਠੀਕ ਨਹੀਂ ਸਾਰਿਆਂ ਦਾ ਠੀਕ ਨਹੀਂ ਬਾਈ ਨਾ ਨਾ ਠੀਕ ਹੈ ਹਾਂ ਆਹ ਵੇ ਫੈਮਿਲੀ ਆਪਣੀ ਨਾਲ ਜੇ ਦੇ ਰਹਿੰਦੇ ਕਈ ਬੰਦੇ ਹਾਂ ਨਾਲੇ ਹੁਣ ਫੈਮਿਲੀ ਵਾਂਗੂ ਸਾਨੂੰ ਜਿੱਧਰ ਨੂੰ ਮਰਜ਼ੀ ਜਾਈਏ ਜਦੇ ਕਹਿ ਦਿੰਦੇ ਉਧਰ ਮੈਂ ਤਰਨ ਤਰਨ ਨੂੰ ਗਿਆ ਬਾਈ ਕਹਿੰਦਾ ਸਾਨੂੰ ਦੱਸਣਾ ਤਾਂ ਤੈ ਜਾਣ ਦੇ ਉਧਰ ਵੀ ਆਂ ਹਾਂ ਜਾਣ ਦੇ ਠੀਕ ਆ ਜੇ ਕਿਸੇ ਬਾਈ ਨੂੰ ਲੋੜ ਪੈ ਗਈ ਅਸੀਂ ਵੀ ਖੜੇ ਆ ਸਾਨੂੰ ਰੇ ਜਿੱਦਣ ਮਰਜ਼ੀ ਸਾਡੇ ਏਰੀਆ 'ਚ ਬੁਲਾ ਲਓ ਅਸੀਂ ਜਦੇ ਆ ਜਾਣਾ ਠੀਕ ਨਹੀਂ ਗੱਲ ਠੀਕ ਆ ਆਹ ਦੇਖ ਲੈ ਪ੍ਰਧਾਨ ਹੁਣ ਬੰਦਾ ਵੀ ਠੀਕ ਹੋ ਗਿਆ ਆਹ ਦੇਖ ਲੈ ਉਧਰ ਇਹਦਾ ਨਾਮ ਲਿਖਾ ਇੱਥੇ ਲੱਕੀ ਦਾ ਲੱਕੀ ਦਾ ਨਾਮ ਲਗਾਇਆ ਉਹਨਾਂ ਨੇ ਕਿਹਾ ਨਾਮ ਲਿਖਾ ਕੇ ਆਉਣਾ ਇਹਦਾ ਇਹਦਾ ਨਾਮ ਪ੍ਰਚਾਰ ਵਰ ਕਰ ਲਿਆ ਵਾ ਲੱਗੂ ਪਤਾ ਫਿਰ ਕੁੱਕਾ ਮਾਰਦਾ ਹਵਾ ਆ ਗਈ ਬਾਈ ਇਹਦੇ 'ਚ ਅਸਾਨੂੰ ਬਾਏ ਪੇ ਕਰਕੇ ਵੀ ਜ਼ਿਆਦਾ ਖਿੱਚ ਹੁੰਦੀ ਹਲੇ ਯਾਰ ਬਾਹਰ ਮੈਂ ਹੇਠਾਂ ਘੱਟ ਰਹਿ ਜਾਂਦੀ ਫਿਰ ਘੱਟ ਹੁੰਦੀ ਹੈ ਥੋੜ੍ਹਾ ਬਾਇਆ ਵੇ ਨਾ ਉਹਦੇ ਕਰਕੇ ਵੀ ਫਰਕ ਹੈ ਖੇਤ ਵੀ ਸੁੱਕਾ ਬਲੇ ਹਾਂਜੀ ਹਾਂ ਇਹਦੇ ਕਰਕੇ ਵੀ ਆ ਦੂਆ ਕਿਹੜਾ ਫਰਕ ਪੈ ਜਾਣਾ